ਲੁਧਿਆਣਾ ਦੇ ਫਿਰੋਜ਼ ਗਾਂਧੀ ਮਾਰਕੀਟ ਵਿੱਚ ਪਾਰਕਿੰਗ ਵਿੱਚ ਸਿਰਫ 10 ਰੁਪਏ ਦੇ ਚੱਲਦਿਆਂ ਬੀਤੀ ਦਿਨ ਹੋਏ ਵਿਵਾਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਕਿਸੇ ਵਿਅਕਤੀ ਦੇ ਨਾਲ ਕੁੱਟਮਾਰ ਕਰ ਰਹੇ ਹਨ। ਇਸ ਘਟਨਾ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦਾ ਕਹਿਣਾ ਹੈ ਕਿ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰ, ਇੱਕ ਫਿਰੋਜ਼ ਗਾਂਧੀ ਮਾਰਕੀਟ ਦੇ ਵਿੱਚ ਬੀਤੇ ਦਿਨ ਕੋਈ ਕਰਮਚਾਰੀ ਵੱਲੋਂ ਛੁਰਾ ਮਾਰਨ ਦਾ ਮਾਮਲਾ ਸਾਹਮਣੇ ਆਇਆ, ਕਿੱਦਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਊਗੀ? ਦੱਸਿਆ ਜਾ ਰਿਹਾ ਕਿ ਪਾਰਕਿੰਗ ਦੇ 10 ਰੁਪਏ ਦੀ ਪਾਰਕਿੰਗ ਨੂੰ ਲੈ ਕੇ ਸਾਰਾ ਮਾਮਲਾ। ਚਲੋ, ਪਾਰਕਿੰਗ ਤਾਂ ਉੱਥੇ ਪਿੱਛੇ ਉਹਦੀ ਬੋਲੀ ਹੋਈ ਸੀ, ਪਰਸੋਂ ਜਿੱਥੇ ਉਹਦਾ ਕੈਂਸਲ ਹੋਈ ਹੋਈ ਹੈ, ਉਹਦੀਆਂ ਅਖਬਾਰਾਂ 'ਚ ਵੀ ਸਾਰੇ ਪੇਪਰਾਂ 'ਚ ਵੀ ਆਏ ਹੋਏ ਆ। ਪਰ ਜੇ ਕੋਈ ਕਰਮਚਾਰੀ, ਮੈਂ ਨਹੀਂ ਸਮਝਦਾ ਕੋਈ ਕਾਰਪੋਰੇਸ਼ਨ ਦਾ ਜਾਂ ਸਾਡੇ ਕਿਸੇ ਬੰਦਰਾ ਭਾਵ ਹੋਏਗਾ, ਜੇ ਕੋਈ ਕਰਮਚਾਰੀ ਉੱਥੇ ਹੋਏਗਾ, ਜੇ ਉਹਨੇ ਕੋਈ ਗਲਤ ਕੰਮ ਕੀਤਾ ਤਾਂ ਉਹਦੇ 'ਤੇ ਉੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਸਖ਼ਤ ਤੋਂ ਸਖ਼ਤ। ਉਹ ਕਿਉਂ ਕਿਸੇ ਨੂੰ ਕੋਈ ਮਾੜਾ ਇੱਦਾਂ ਹੱਥ ਚੱਕੇ ਜਾਂ ਕਿਸੇ ਨੂੰ ਕੋਈ ਮਾਰੇ ਜਾਂ ਕੁੱਟੇ, ਕਿਉਂ ਕੁੱਟੇ? ਤੁਹਾਨੂੰ ਲੱਗਦਾ ਜੀ ਇਹ ਪਹਿਲਾ ਮਾਮਲਾ ਨਹੀਂ, ਹੋਰ ਵੀ ਕਈ ਜਗ੍ਹਾ ਇਹੋ ਜਿਹੇ ਮਾਮਲੇ ਹੋ ਚੁੱਕੇ ਨੇ, ਤੁਹਾਡੇ ਵੱਲੋਂ ਕਿੱਦਾਂ ਦਾ ਐਕਸ਼ਨ ਲਿੱਤਾ ਜਾ? ਨਹੀਂ, ਜਿਹੜੇ ਪਹਿਲਾਂ ਹੀ ਮਾਮਲੇ ਉਹਨਾਂ ਦੇ ਐਕਸ਼ਨ ਹੋਏ ਆ, ਉਹਨਾਂ ਨੂੰ ਵੀ ਪਹਿਲਾਂ ਬੁਲਾ ਕੇ ਉਹਨਾਂ ਦੀ ਸੈਟਿਸਫਾਈ ਕਰਾਈ ਹੈ, ਜੇ ਉਹਨੇ ਗਲਤੀ ਕੀਤੀ ਉਹਨੂੰ ਸਜ਼ਾ ਦਿੱਤੀ ਗਈ, ਜਿਹਨੇ ਕੋਈ ਗਲਤ ਕੰਮ ਕੀਤਾ ਇਹਨੂੰ ਵੀ ਐਕਸ਼ਨ ਪੁਲਿਸ ਨੂੰ ਲੈਣਾ ਚਾਹੀਦਾ, ਉਹਦੇ ਸਖ਼ਤ ਕਾਰਵਾਈ ਕਰਨੀ ਚਾਹੀਦੀ। ਅਪੀਲ ਕੀ ਕਰਨਾ ਚਾਹੋਗੇ, ਹੋਰ ਵੀ ਕਈ ਪਾਰਕਿੰਗਾਂ ਹੈਗੀਆਂ ਉੱਥੇ ਇਹੋ ਜਿਹਾ ਕੰਮ ਨਾ ਹੋਵੇ? ਉੱਥੇ ਸਾਰੀ ਪਾਰਕਿੰਗ ਅਸੀਂ ਜਦੋਂ ਇੱਦਾਂ ਦੀ ਪਾਰਕਿੰਗ ਨਿਲਾਮੀ ਹੁੰਦੀ ਹੈ, ਸ਼ਰਤਾਂ ਰੱਖੀਆਂ ਹੁੰਦੀਆਂ ਵੀ ਕੋਈ ਵੀ ਉੱਥੇ ਗਲਤ ਆਦਮੀ ਨਹੀਂ ਹੋਣਾ ਚਾਹੀਦਾ, ਕੋਈ ਗੰਦਾ ਗਲਤ ਬੰਦਾ ਨਹੀਂ, ਜਿਹੜਾ ਯੂਨੀਫਾਰਮ ਦੀ ਪਾਣੀ ਹੋਣੀ ਚਾਹੀਦੀ ਹੈ, ਜਿਹੜੀ ਉਹਨੇ ਉਹ ਜਾਕਟ ਪਾਈ ਹੁੰਦੀ ਉਹ ਪਾਈ ਹੋਣੀ ਚਾਹੀਦੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਵਾਕਈ ਪਾਰਕਿੰਗ ਵਾਲਾ ਬੰਦਾ ਔਰ ਇਹ ਜਾ ਕੇ ਗਲਤ ਕੰਮ ਕਰਦਾ, ਤਾਂ ਠੇਕੇਦਾਰ ਦਾ ਬੰਦਾ ਹੈਗਾ, ਉਹਦੇ 'ਤੇ ਸਖ਼ਤ ਐਕਸ਼ਨ ਹੋਣਾ ਚਾਹੀਦਾ। ਸਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਰਕਿੰਗ ਦਾ ਠੇਕਾ ਕੈਂਸਲ ਹੋਇਆ, ਤਾਂ ਮਤਲਬ ਉੱਥੇ ਅਵੈਧ ਵਸੂਲੀ ਹੋ ਰਹੀ ਹੈ? ਉੱਥੇ ਤਾਂ ਉੱਥੇ ਕੋਈ ਅਵੈਧ ਵਸੂਲੀ ਤਾਂ ਨਹੀਂ ਕਰਦਾ, ਕੋਈ ਚਾਲੂ ਬੰਦਾ ਵੀ ਕਿਸੇ ਬੰਦਾ ਜੇ ਆਪਣੀ ਨੌਲੇਜ ਨਹੀਂ ਬੰਦਾ ਕੋਲ, ਜੇ ਉਹਦੇ 'ਤੇ LMR ਹੋਈ ਹੈ ਤਾਂ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ, ਪਹਿਲਾਂ ਤਾਂ ਹੀ ਪਤਾ ਲੱਗੇਗਾ ਵੀ ਕਿਹੜੇ ਕਿਸੇ ਡਿਪਾਰਟਮੈਂਟ ਦਾ ਬੰਦਾ। ਜਾਂ ਨਿਗਮ ਕੋਈ ਕਾਰਵਾਈ ਰਿਪੋਰਟ ਆਈ ਨਹੀਂ ਨਿਗਮ, ਅੱਜ ਤੁਸੀਂ ਅੱਜ ਦੱਸਿਆ ਮੈਨੂੰ, ਸ਼ਾਇਦ ਕਮਿਸ਼ਨ ਸਾਨੂੰ ਤੁਸੀਂ ਦੱਸਿਆ ਹੀ ਨਹੀਂ, ਦੱਸਿਆ ਪਤਾ ਨਹੀਂ ਮੈਨੂੰ, ਅੱਜ ਦੱਸਿਆ ਮੇਰੇ ਸਾਡੇ ਕੋਈ ਰਿਪੋਰਟ ਨਹੀਂ ਵੀ ਕਾਰਵਾਈ ਜਾਂਦਾ, ਕੋਈ ਸਾਡਾ ਮੁਲਾਜ਼ਮ ਇੱਦਾਂ ਕੰਮ ਕੀਤਾ।